ਦੀ ਚੈਕਿੰਗ ਕਰਾ ਲਈ ਆਪਾਂ ਤੇ ਬਾਰਡਰ ਤੇ ਬਿਲਕੁਲ ਆ ਗਏ ਲੱਗ ਗਏ ਆ ਵੇਖੋ ਇੰਡੀਆ ਪਾਕਿਸਤਾਨ ਦੇ ਝੰਡੇ ਪੈ ਚੁੱਲਦੇ ਤੇ ਆ ਸਮੀ ਬੈਠਾ ਫੁੱਲ ਲੈ ਕੇ ਫੁੱਲਾਂ ਦੀ ਤਰਤੀਬ ਸਿੱਧੀ ਕਰਕੇ ਬੈਠਾ ਗਾਈਡ ਮਾੜੇ ਯਾਰ ਸ਼ੁਕਰੀਆ ਸ਼ੁਕਰੀਆ ਗਾਈਡ ਕਰ ਲੈ हाथी चढ़न वास्ते बनाया हाथी उत्ते बह के हाथियां दा जांदे दा वड्डे बड़ा खूबसूरत स्ट्रक्चर अंदरों भी पानी पहले बिजली बुजली होंगी लेकिन हवा का एड्डा जबरदस्त उन्होंने रखे अंदरों भी तुम गर्मी नहीं लग सकती बिल्कुल बिल्कुल एरिया बिल्डिंग बहुत वीडी एरिया बहुत खुला है आ लाहौर है जी बारों बारों शाही किले के बारों बारों हाँ जी शाही किले तो पूरा लाहौर देता यही सूरत अस्सलाम वालेकुम सारे दोस्तों जो जुड़े साडे नाल साडे ਵਲੌਗਸ ਤੇ ਪੰਜਾਬੀ ਦਾ ਚੈਨਲ ਤੇ ਅਸੀਂ ਵਲੌਗਸ ਪਾਈਦੇ ਹਾਂ ਤੇ ਅੱਜ ਦਾ ਸਫ਼ਰ ਸਾਡਾ ਲਾਹੌਰ ਦਾ ਸ਼ੁਰੂ ਹੋਣ ਲੱਗਾ ਹਾਲੇ ਹੋਇਆ ਨਹੀਂ ਸਵੇਰੇ ਸਵੇਰ ਅੱਜ ਧੁੰਦ ਵਾਵਾ ਦਿਨਾਂ ਬਾਅਦ ਜਿਹੜੀ ਲੱਥੀ ਹੈ ਤੇ ਸਫ਼ਰ ਸ਼ੁਰੂ ਕਰਨ ਲੱਗੇ ਹਾਂ ਲਾਹੌਰ ਦਾ ਲਾਹੌਰ ਸਾਡੇ ਦੋਸਤ ਕੁਛ ਆਸਟ੍ਰੇਲੀਆ ਤੋਂ ਵਾਇਆ ਇੰਡੀਆ ਆ ਰਹੇ ਨੇ ਉਹਨਾਂ ਨੂੰ ਬਾਰਡਰ ਤੋਂ ਪਿੱਕ ਕਰਨਾ ਅਤੇ ਲਾਹੌਰ ਦਾ ਅੱਜ ਦਾ ਵਿਜ਼ਿਟ ਰਹੇਗਾ ਸਾਡਾ ਸਾਰੇ ਦਿਨ ਦਾ ਕੱਲ੍ਹ ਵੀ ਇੱਕ ਦੋ ਜਗ੍ਹਾ 'ਤੇ ਜਾਵਾਂਗੇ ਸੋ ਆ ਦੋ ਤਿੰਨ ਦਿਨ ਜਿਹੜੇ ਆ ਜਿਹੜੇ ਸਾਡੇ ਸੁਲਤਾਨ ਵਿਰਕ ਸਾਹਿਬ ਨੇ ਆਸਟ੍ਰੇਲੀਆ ਤੋਂ ਆਏ ਨੇ ਉਹਨਾਂ ਦੇ ਨਾਲ ਸਮੀ ਆ ਗਿਆ 40 ਐਨਕ ਲਾ ਕੇ ਅੱਗੇ ਬੜਾ ਸ਼ੁਗਲ ਹੋਇਆ ਵੀ ਇਹਨੂੰ ਮੈਂ ਆਲੂ ਵਾਲਾ ਪਰਾਠਾ ਲਿਆ ਕੇ ਦਿੱਤਾ ਅਤੇ ਇਹ ਨਾ ਵਿੱਚੋਂ ਵਿੱਚੋਂ ਖਾਏ ਨਾ ਬਾਹਰੋਂ ਬਾਹਰੋਂ ਖਾਈ ਜਾਵੇ ਇਹਨੂੰ ਇਹ ਵੀ ਸੜਿਆ ਲੈ ਕੇ ਉਹਨੂੰ ਐਨਕ ਕਾਲੀ ਲੱਗ ਇਹਨਾਂ ਐਨਕ ਕਾਲੀ ਦਾ ਵਜ੍ਹਾ ਨਾਲ ਲੱਗਦਾ ਫਿਰ ਇਹ ਸੜਿਆ ਇਹ ਗੱਡੀ ਕਰ ਲਈ ਆਪਾਂ ਸਟਾਰਟ ਤੱਤੀ ਥੋੜ੍ਹੀ ਜਿਹੀ ਕਰ ਲਈ ਹੈ ਨਾ ਕਹਿੰਦੇ ਪਹਿਲਾਂ ਗੱਡੀ ਗਰਮ ਕਰਕੇ ਥੋੜ੍ਹਾ ਜਿਹਾ ਉਹਨੂੰ ਰੈਲਾ ਕਰਨਾ ਚਾਹੀਦਾ ਫਿਰ ਅੱਗੇ ਵਧਣਾ ਚਾਹੀਦਾ ਸੋ ਅੱਜ ਦੇ ਸਫ਼ਰ ਦੇ ਵਿੱਚ ਜੁੜੇ ਰਹਿਣਾ ਸਾਡੇ ਨਾਲ ਇਸ ਵਲੌਗ 'ਚ ਤੁਹਾਨੂੰ ਵਾਹਵਾ ਕੁਛ ਵਹਾਵਾਂਗੇ ਅਤੇ ਵਲੌਗੋ ਵਲੌਗੀ ਹੋ ਗਏ ਹਾਂ ਵਿਕਾਰ ਨੂੰ ਤਸ ਕੱਢੀ ਜਾਣ ਡਿਆ ਉੱਧਰੋਂ ਵਿਕਾਸ ਨੇ ਨਵਾਂ ਵਲੌਗ ਦਾ ਬਣਾਇਆ ਚੈਨਲ ਉਹ ਵੀ ਬਹੁਤ ਵਧੀਆ ਦਾ ਪਹਿਲਾ ਵਲੌਗ ਬਹੁਤ ਸੋਹਣਾ ਸੀ ਉਹਨੂੰ ਵੀ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਅਤੇ ਵਿਕਾਸ ਸਾਡਾ ਭਰਾ ਵੀ ਬਣਾਉਂਦਾ ਅਤੇ ਸਮੀ ਗਾਉਂਦਾ ਇਹਦਾ ਵੀ ਗਾਣਾ ਆ ਰਿਹਾ ਅੱਜ ਆ ਰਿਹਾ ਨਾ ਕੱਲ੍ਹ 15 ਨੂੰ ਕੱਲ ਅੱਜ ਹੀ ਬਲਕਿ ਕੱਲ ਕਿਉਂਕਿ ਵੀਡੀਓ ਕੱਲ ਆਪਾਂ ਪਾਉਣੀ ਹੈ ਅੱਜ ਅੱਜ ਹੀ ਇਹਦਾ ਗਾਣਾ ਆ ਰਿਹਾ ਤੇ ਗਾਣਾ ਵੀ ਜ਼ਰੂਰ ਵੇਖਿਓ ਕੀ ਨਾ ਗਾਣੇ ਦਾ ਨੈਵਰ ਬੈਕ ਡਾਊਨ ਨੈਵਰ ਬੈਕ ਡਾਊਨ ਇਹਦਾ ਗਾਣਾ ਆ ਗਿਆ YouTube ਮੋਟੀਵੇਸ਼ਨਲ ਮੋਟੀਵੇਸ਼ਨਲ ਸੌਂਗ ਆ ਉਹਨੂੰ ਵੇਖੋ ਰਾ ਸੁਣ ਕੇ ਦੱਸਿਓ ਵੀ ਸਮੀ ਨੇ ਕਿਦਾਂ ਦਾ ਗਾਇਆ ਵੈਸੇ ਤੁਸੀਂ ਸੁਣਦੇ ਰਹਿੰਦੇ ਜੀ ਮਿਰਜ਼ਾ ਮੁਰਜ਼ਾ ਦਾ ਆਹੋ ਤੇ ਨੈਵਰ ਫੈਲਡ ਫੋਲਡ ਬੈਕ ਜੀ ਨੇ ਕੀ ਗਾਇਆ ਉਹ ਜੀ ਆ ਜਾਓ ਹੁਣ ਚੱਲਦੇ ਤੁਹਾਨੂੰ ਅੱਜ ਦੇ ਸਫ਼ਰ ਦੇ ਵਿੱਚ ਕਿੱਥੇ ਲਾਹੌਰ ਲੈ ਕੇ ਲਾਹੌਰ ਆ ਵੀ ਰਾਹ 'ਚ ਪਰੌਂਠੇ ਖਾ ਕੇ ਆਏ ਆਲੂ ਵਾਲੇ ਨੀਂਦ ਆਉਣ ਡਈ ਸੀ ਚਾਹ ਰਹੀ ਰਾਹ 'ਚ ਫੋਟੋਵੇ ਤੇ ਰੋਕ ਕੇ ਲੈ ਸਮੀ ਨਾਲ ਨਾਲ ਗਾਣੇ ਗੁਣਗੁਣਾ ਰਿਹਾ ਤੇ ਨਾਲ ਚਾਹ ਪੀ ਰਿਹਾ ਤੇ ਪਿੱਛੇ ਸਾਨੂੰ ਦੋ ਸਵਾਰੀਆਂ ਲੱਭੀਆਂ ਕਿੱਥੋਂ ਦੇ ਮੁੰਡਿਆ ਕੀ ਨਾਂ ਆਈ ਇਬਰਾਰ ਇਸ ਲਿਖਦੇ ਨਾਮ ਠੀਕ ਦੇ ਨਾਮ ਇਹ ਤਾਂ ਇਬਰਾਰ ਲਾ ਕੇ ਤੇ ਤੁਹਾਨੂੰ ਦੱਸ ਦੇ ਕੀ ਕਰਦੇ ਹੋ ਉੱਥੇ ਕੰਮ ਕਰਦੇ ਕਾਦਾ ਵੈਪਰ ਜੀ ਪਰ ਹਾਂ ਵੈਪਰ ਦਾ ਵੈਪਰ ਲਾਉਂਦੇ ਗੱਡੀ ਠੀਕ ਹੈ ਠੀਕ ਹੈ ਤੇ ਠੀਕ ਲੱਗ ਜਾਂਦੀ ਦਿਹਾੜੀ ਕਮਾਈ ਦੇ ਕੇ ਪਹਿਲਾਂ ਦਾ ਰੁਪਿਆ 1500 2000 ਬਣ ਜਾਂਦਾ ਚਲੋ ਚਲੋ ਮਾਸ਼ਾਅੱਲਾ ਬਹੁਤ ਵਧੀਆ ਤੇ ਇਹ ਮੁੰਡਿਆਂ ਨੂੰ ਉਹ ਕਿੱਥੇ ਤੱਕ ਜਾਣਾ ਤੁਸੀਂ ਕਿਹੜੇ ਟ੍ਰੇਨ ਤੱਕ ਅਗਲੇ ਐਂਡ ਸ਼ੇਖਪੁਰ ਤੱਕ ਸ਼ੇਖਪੁਰੇ ਤੱਕ ਜਾਣਾ ਤੇ ਉੱਥੋਂ ਫਿਰ ਕਿਹ ਨੂੰ ਜਾਣਾ ਜੇ ਪਤਾ ਕਰ ਲੈ ਜੋ ਉੱਥੇ ਜੇ ਡੈਸਟਰੀਆ ਉੱਥੇ ਉੱਥੇ ਕੰਮ ਕਰਦੇ ਠੀਕ ਹੈ ਠੀਕ ਹੈ ਬਹੁਤ ਸੋਹਣੀ ਕਮਾਈ ਕਰਦੇ ਮਾ ਕਦਾ ਮੁੰਡੇ ਵੇ ਆਂਦੇ ਨੇ ਮੁੰਡਾ ਸੋਹਣਾ ਨਹੀਂ ਮੁੰਡੇ ਦੀ ਕਮਾਈ ਸੋਹਣੀ ਹੈ ਗਾਣਾ ਚੱਲਣ ਡਿਆ ਹੈਨਾ ਬਿਲਕੁਲ ਜੀ ਬਿਲਕੁਲ ਆਂਦੇ ਨੇ ਮੁੰਡੇ ਵੀ ਸੋਹਣੇ ਹੀ ਯਾਰ ਮੁੰਡੇ ਵੀ ਸੋਹਣੇ ਆ ਤੇ ਕਮਾਈ ਵੀ ਸੋਹਣੀ ਹੈ ਕਮਾਈ ਵੀ ਸੋਹਣੀ ਚਾਹ ਪੀ ਲਈ ਹੁਣ ਤੇ ਆਪਾਂ ਚੱਲਣ ਡਿਆ ਹੁਣ ਲਾਹੌਰ ਦਾ ਸਫ਼ਰ ਰਹਿ ਗਿਆ ਸਾਡਾ ਅੱਧਾ ਕੇ ਅੱਧਾ ਕ ਆਪਾਂ ਕਰ ਲਿਆ ਆ ਜਾ ਚਲੀਏ ਫਿਰ ਲਾਹੌਰੇ ਵੜਦੇ ਆ ਫਟਾਫਟ ਆ ਗਿਆ ਆਪਣਾ ਫੁੱਲਾਂ ਵਾਲਾ ਵੀ ਫੁੱਲ ਲੈ ਲਈ ਹੁਣ ਦੇਰ ਤੇ ਹੋਈ ਆ ਫੁੱਲ ਜ਼ਰਾ ਲੈ ਲਈਏ ਲਾਜ਼ਮੀ ਪਰੌਣਿਆਂ ਦਾ ਜ਼ਰਾ ਮਹਿਮਾਨ ਨੂੰ ਆ ਜਾ ਸਮੀ ਆ ਇੱਕ ਬਣਾ ਦੀ ਯਾਰ ਇਹਦੇ ਨਾਲ ਦਾ ਫਰੈਸ਼ ਜਿਹਾ ਬਣਾ ਦੇ ਉਹ ਤਾਜ਼ਾ ਬਣਿਆ ਪਿਆ ਕੋਈ ਤਾਂ ਰੈਡੀ ਹੈਗਾ ਕੋਈ ਰੈਡੀ ਬਣੇ ਮੇਰੇ ਇੱਕ ਇਹ ਵਾਲਾ ਇੱਕ ਦੋ ਹੋਰ ਇੱਕ ਚਲ ਜਿਹੜਾ ਰੈਡੀ ਇੱਕ ਦੇ ਦੇ ਇੱਕ ਜਿਹੜਾ ਮਦੀ ਦੇ ਦੇ ਆ ਦੇ ਦੇ ਆ ਰੈਡੀ ਆ ਇਹ ਥੋੜਾ ਸਾ ਹੋਗਾ ਇਸੇ ਕਰਦੇ ਤੋਂ ਰੈਡੀ ਨਹੀਂ ਕੋ ਤਾਜ਼ਾ ਦੇ ਦੇ ਕੋਈ ਕੀ ਬਣੇ ਵੇ 1 2 3 4 ਇਹ ਚਾਰ ਰੜੀ ਆ ਦੇ ਦੇ ਆ ਦੇ ਦੇ ਚਲਾ ਦੇ ਆ ਵਾਲਾ ਦੇ ਆ ਦੇ ਆ ਸਹੀ ਹੈ ਆ ਸਹੀ ਤਾਜ਼ਾ ਤਾਜ਼ਾ ਫਟਾਫਟ ਕਰ ਦੀ ਜਰਾ ਲਓ ਵੀ ਫੁੱਲ ਆਪਾਂ ਇੱਥੋਂ ਲਈਦਾ ਹੁੰਦਾ ਰਾਹ ਜਦੋਂ ਲੇਟ ਹੋਈਏ
ਲਾਹੌਰੋਂ ਲਈਦਾ ਨਹੀਂ ਤੇ ਇੱਥੋਂ ਲੈ ਲਈਦਾ ਜਾਂਦੇ ਜਾਂਦੇ ਫੜ ਲਈਦਾ। ਮਹਿਮਾਨ ਸਾਡਾ ਆ ਗਿਆ ਵੀਰੇ ਫਟਾਫਟ ਘਰ ਦੀ, ਮਹਿਮਾਨ ਆਇਆ ਖਲੋਤਾ ਵਾ ਬਾਰਡਰ ਤੋਂ ਲੈਣਾ ਉਹਨੂੰ ਤੇ ਫਟਾਫਟ। ਇਹ ਕੀ ਲਾਉਣਾ ਉੱਤੇ? ਚਮਕੀਲੇ ਕਿੱਥੋਂ ਦਾ? ਪੰਜਾਬੀ ਕਿਉਂ ਨੀ ਬੋਲਦਾ? ਏਦਾਂ ਕਰਨਾ ਪੰਜਾਬੀ ਬੋਲ। ਓਕੇ ਬਾਈ ਫੁੱਲ ਲੈ ਲਿਆ ਆਪਾਂ ਫਟਾਫਟ, ਸਮੀ ਆ ਜਾ ਆਪਾਂ। ਬੰਦਾ ਬੰਦਾ ਹੋ ਗਿਆ, ਅਸੀਂ ਲੇਟ ਹੋ ਗਏ, ਬੰਦਾ ਇਮੀਗ੍ਰੇਸ਼ਨ ਤੇ ਆ ਕੇ ਬੈਠਾ ਕਿਉਂਕਿ ਬਾਰਡਰ ਤੇ ਜਾ ਕੇ ਹਲੀ ਗੱਡੀ ਦੀ ਕਲੀਅਰੈਂਸ ਕਰਾਉਣੀ ਹੁੰਦੀ ਅੰਦਰ ਲੈ ਕੇ ਜਾਣਾ। ਰਿਬਨ ਵੇਖ ਰਿਹਾ ਨਾ, ਰਿਬਨ ਵੇਖ ਲਾ, ਤਾਜੇ ਲੈ ਆਈ, ਰਿਬਨ ਵੇਖ ਲਾ ਤਾਜੇ ਲੈ ਆਈ, ਫੁੱਲ ਐਵੇਂ ਨਾਖੀ ਹੋਈ ਤੇ ਹਲੀ ਗੱਡੀ ਦੀ ਐਂਟਰੀ ਕਰਾਉਣੀ ਹੈ। ਗੱਡੀ ਦੀ ਐਂਟਰ ਕਰਾਉਣ ਤੇ ਚੈਕਿੰਗ ਤੇ ਬਾਰਡਰ ਜਾਣ ਤੇ ਵਾਹਵਾ ਟਾਈਮ ਲੱਗ ਜਾਂਦਾ ਤੇ ਸਾਡੇ ਮਹਿਮਾਨ ਜਿਹੜੇ ਨੇ ਆ ਗਏ ਨੇ ਅਤੇ ਅਸੀਂ ਅੱਜ ਲੇਟ ਹੋ ਗਏ ਕਿਉਂਕਿ ਫੋਗ ਵਗੈਰਾ ਕਾਫੀ ਹੁੰਦੀ ਹੈ ਨਾ ਤੇ ਉਹਦਾ ਕਰਕੇ ਸਾਡੇ ਜਿਹੜੇ ਹਾਈਵੇ ਨਾਲ ਮੋਟਰਵੇ ਬੰਦ ਹੋ ਜਾਂਦੇ ਅਤੇ ਉਹ ਲੇਟ ਹੀ ਖੁੱਲ੍ਹਦੇ ਅਤੇ ਫਿਰ ਮੈਂ ਵੀ ਲੇਟ ਹੀ ਨਿਕਲਿਆ ਅਤੇ ਹੁਣ ਅੱਜ ਤਾਂ ਸੂਰਜ ਨਿਕਲਿਆ ਅਤੇ ਪਹੁੰਚੇ ਵੀ ਲੇਟ ਹੀ ਆਪਾਂ। ਚਲੋ ਕੋਈ ਨਹੀਂ, ਆਹ ਜੱਲੋ ਮੋੜ ਏਰੀਆ, ਜੱਲੋ ਅੱਡਾ ਇਹਨੂੰ ਆਉਂਦੇ, ਜੱਲੋ ਪਿੰਡ ਦੇ ਨਾਲ ਜੱਲੋ ਮੋੜ ਹੈ ਅਤੇ ਰਸ਼ ਇੱਥੇ ਵੇਖੋ ਤੁਸੀਂ, ਰਸ਼ ਉੱਧਰ ਵੇਖਣਾ ਸਮੀ, ਰਸ਼ ਵੇਖੋ ਕਿੰਨਾ ਜੀ, ਗੱਡੀਆਂ 'ਤੇ ਗੱਡੀਆਂ ਚੜ੍ਹੀਆਂ, ਰੇਹੜੀਆਂ ਜਿਹੜੀਆਂ ਨਾ ਅੱਧ 'ਚ ਵਿਚਕਾਰ ਚਾਹੀਆਂ ਅਤੇ ਗੱਡੀ ਵਾਲੇ ਦੇ ਕੰਮ ਵੇਖ ਲਓ ਵੀ ਉਹਨੇ ਰਾਹ ਡੱਕਿਆ ਸਾਰਾ ਜੀ। ਗੱਡੀ ਮੈਂ ਭਜਾਉਂਦਾ ਸਮੀ, ਫਿਰ ਕੈਮਰਾ ਬੰਦ ਕਰ ਦੇ। ਗੱਡੀ ਦੀ ਚੈਕਿੰਗ ਕਰਾ ਲਈ ਆਪਾਂ ਅਤੇ ਬਾਰਡਰ 'ਤੇ ਬਿਲਕੁਲ ਆ ਗਿਆ ਲਾਗੇ, ਆਹ ਵੇਖੋ ਇੰਡੀਆ ਪਾਕਿਸਤਾਨ ਦੇ ਝੰਡੇ ਪੈ ਝੂਲਦੇ ਅਤੇ ਆਹ ਸਮੀ ਬੈਠਾ ਫੁੱਲ ਲੈ ਕੇ, ਫੁੱਲਾਂ ਦੀ ਤਰਤੀਬ ਸਿੱਧੀ ਕਰਕੇ ਬੈਠਾ। ਆਰਮੀ ਵਾਲੇ ਵੀ ਅੱਗੇ ਆ ਗਏ, ਹੁਣ ਮੋਬਾਈਲ ਕਰ ਦੇਣਾ ਆਪਾਂ ਬੰਦ। ਮੈਂ ਲੇਟ ਹੋ ਗਿਆ ਨਾ, ਕੋਈ ਦਿੱਕਤ ਨੀ, ਕੋਈ ਦਿੱਕਤ ਨੀ, ਆਪਾਂ ਘੁੰਮਣ ਆਏ ਵਿਰਕ ਸਾਹਿਬ ਨੂੰ ਰਿਸੀਵ ਕਰ ਲਿਆ ਵੀ ਇਹ ਪਿੱਛੋਂ ਨੇ ਕਾਲੋ ਕੇ ਵਿਰਕ ਹੁੰਦੇ ਆਸਟ੍ਰੇਲੀਆ। ਹਾਂਜੀ ਮੈਲਬਰਨ ਰਹਿੰਦੇ ਮੈਂ, ਆਸਟ੍ਰੇਲੀਆ ਇਹਨਾਂ ਨੇ ਮੇਰੇ ਬੜੇ ਪੁਰਾਣੇ ਮੇਰੇ ਜਾਣ ਵਾਲੇ, ਮੈਨੂੰ ਲੱਗਦਾ ਨਵਾਂ ਨਵਾਂ ਫੇਸ ਹੋ ਗਿਆ। ਹਾਂਜੀ ਇਹਨਾਂ ਬੜੇ ਸਾਲ ਹੋ ਗਏ। ਕੰਮ ਹੀ ਇਮੀਗ੍ਰੇਸ਼ਨ ਦਾ ਨਾ, ਇਮੀਗ੍ਰੇਸ਼ਨ ਲਾਇਰ ਹੈ ਗਿਆ ਜੀ, ਇਮੀਗ੍ਰੇਸ਼ਨ ਲਾਇਰ ਨੇ ਆਸਟ੍ਰੇਲੀਆ ਅਤੇ ਇਹ ਆ ਗਿਆ ਲਾਹੌਰ। ਵੈਲਕਮ ਤੁਹਾਨੂੰ ਜੀ, ਥੈਂਕ ਯੂ। ਚਲੋ ਹੁਣ ਉੱਥੇ ਟਾਈਮ ਘੱਟ ਸੀ ਅੱਜ ਬਾਰਡਰ 'ਤੇ ਕਿਉਂਕਿ ਅੱਜ ਇੱਥੇ ਸਾਡੇ ਚੀਫ ਮਿਨਿਸਟਰ CM ਜਿਹੜਾ ਉਹਦਾ ਦੌਰਾ। ਹਾਂਜੀ ਸਿਕਿਉਰਿਟੀ ਵਾਹਵਾ ਸੀ ਅਤੇ ਮੈਂ ਵੀ ਉਹਦੇ ਨਾਲ ਲੇਟ ਹੋ ਗਿਆ। ਬਿਲਕੁਲ ਤੁਹਾਡੇ ਦੋਸਤ ਇਮਰਾਨ ਜੀ ਉਹਨਾਂ ਨੇ ਚਾਹ ਚੂਹ ਪਿਆਈ, ਬਹੁਤ ਆਦਰ ਦਿੱਤਾ ਵੈਲਕਮ ਉਹਨਾਂ ਨੇ ਕੀਤਾ। ਹਾਂਜੀ ਹਾਂਜੀ 15-20 ਮਿੰਟ ਗੱਲਾਂ ਬਾਤਾਂ ਉਹਨਾਂ ਨੇ ਚੱਲੀਆਂ ਬਹੁਤ ਖੁੱਲ੍ਹ ਕੇ, ਮਜ਼ਾ ਆਇਆ। ਚਲੋ ਜੀ ਹੋਪਫੁਲੀ ਅੱਜ ਦਾ ਸਫ਼ਰ ਸ਼ੁਰੂ ਹੋ ਗਿਆ ਅਤੇ ਤੁਸੀਂ ਇੰਜੋਏ ਕਰੋਗੇ ਲਾਹੌਰ ਦਾ। ਅੱਜ ਅਸੀਂ ਲਾਹੌਰ 'ਚ ਰਵਾਂਗੇ ਜੀ, ਮੈਨਾਂ ਨੂੰ ਪੁੱਛ ਲਿਆ ਵੀ ਕਿੱਥੇ ਜਾਣਾ। ਹਾਂਜੀ ਅਤੇ ਪਹਿਲੋਂ ਤਾਂ ਅੱਜ ਦਾ ਦਿਨ ਤਾਂ ਆਪਾਂ ਰਹਿਣਾ ਲਾਹੌਰ ਹੀ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਅੱਗੇ ਨੂੰ ਨਿਕਲਾਂਗੇ ਕਿਧਰੇ। ਬਿਲਕੁਲ ਜੀ, ਠੀਕ ਹੈ ਜੀ, ਬਿਲਕੁਲ ਪਿੰਡ ਦੇਖਾਂਗੇ, ਕਾਲੋ ਕੇ ਨਨਕਾਣਾ ਸਾਹਿਬ, ਨਨਕਾਣਾ ਸਾਹਿਬ ਸਾਰੇ ਘੁੰਮ ਫਿਰ ਉੱਧਰ ਏਰੀਆ ਦੇਖਾਂਗੇ ਸਾਰਾ। ਅਤੇ ਅੱਜ ਤੁਹਾਨੂੰ ਹੁਣ ਫਿਰ ਮੈਂ ਪਹਿਲੋਂ ਸਿੱਧਾ ਆਪਾਂ ਡੇਰਾ ਸਾਹਿਬ ਚੱਲਦੇ ਹਾਂ। ਠੀਕ ਗੁਰਦੁਆਰਾ ਸਾਹਿਬ ਨਾਲ ਕਿਲ੍ਹਾ ਵਾ। ਹਾਂਜੀ ਅੱਜ ਹੈਗਾ ਵੀ ਸੰਡੇ ਆ, ਦੁਆਬਾ ਰਸ਼ ਹੋਣਾ ਆਪਾਂ ਵੇਖ ਲਈਏ। ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ ਸਪੋਂਸਰਸ਼ਿਪ ਵੀ ਉਹਨਾਂ ਡੇਰਾ ਸਾਹਿਬ ਵਾਲਿਆਂ ਨੇ ਭੇਜੀ ਸੀ ਇੱਕ ਲੈਟਰ ਮੈਨੂੰ ਵੀਜ਼ਾ ਲੈਣ ਲਈ। ਉਹ ਹੀ ਲੈਣਾ ਪੈਂਦਾ। ਹਾਂਜੀ ਹਾਂਜੀ, ਚਲੋ ਫਿਰ ਚੱਲਦੇ ਹਾਂ ਆਪਾਂ ਜੀ ਲਾਹੌਰ ਨੂੰ। ਲਓ ਜੀ ਆ ਗਏ ਆਪਾਂ ਗੁਰਦੁਆਰਾ ਡੇਰਾ ਸਾਹਿਬ ਅਤੇ ਨਾਲ ਹੀ ਸ਼ਾਹੀ ਕਿਲ੍ਹਾ ਅਤੇ ਨਾਲ ਬਾਸੇ ਮਸਜਿਦ। ਪਹਿਲੋਂ ਫਿਰਕ ਸਾਹਿਬ ਮੱਥਾ ਟੇਕ ਲਓ ਨਾ। ਹਾਂਜੀ ਜ਼ਰੂਰ, ਬਿਲਕੁਲ ਹਾਜ਼ਰੀ ਲਾ ਲਈਏ। ਹਾਂਜੀ ਹਾਜ਼ਰੀ ਜ਼ਰੂਰੀ ਹੈ। ਉਸ ਤੋਂ ਬਾਅਦ ਅੱਗੇ ਚੱਲਾਂਗੇ ਆਪਾਂ, ਸਫ਼ਰ ਸ਼ੁਰੂ ਕਰਾਂਗੇ। ਬਿਲਕੁਲ ਬਿਲਕੁਲ, ਬਾਬਿਆਂ ਦੇ ਹਾਜ਼ਰੀ ਤੋਂ ਬਾਅਦ ਫਿਰ ਸਫ਼ਰ ਵੀ ਸਹੀ ਰਹਿੰਦਾ। ਸਹੀ ਰਹਿੰਦਾ, ਉਹਨਾਂ ਨੂੰ ਨਮਸਕਾਰ ਕਰਨੀ ਜ਼ਰੂਰੀ ਹੈ ਜੀ। ਆਰਾਮ ਸੁਣਾ ਖਿਆਲ ਕਰੇ, ਆ ਜਾਓ ਫਿਰ ਅੰਦਰ ਚੱਲੀਏ ਆਪਾਂ। ਚਲੋ ਜੀ ਚਲੋ। ਲਓ ਜੀ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਹੁਣ ਨਾਲ ਹੀ ਭਾਜੀ ਆ ਲਾਹੌਰ ਫੋਰਟ, ਅੰਦਰ ਇੱਥੇ ਮਿਊਜ਼ੀਅਮ ਵੀ ਬਣਿਆ
ਜਿਹੜਾ ਉਸ ਦੌਰ ਦਾ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਸਮਾਨ ਸੁਣ ਪਿਆ। ਠੀਕ ਹੈ ਜੀ। ਉਸ ਤੋਂ ਬਾਅਦ ਸ਼ੀਸ਼ ਮਹਿਲ ਜਿੱਥੇ ਉਹ ਰਹੇ ਵੱਡੇ ਹੋਏ, ਠੀਕ ਹੈ ਜੀ, ਉਹ ਵੀ ਉੱਤੇ ਸ਼ੀਸ਼ ਮਹਿਲ ਦੇ, ਉਹ ਸਾਰਾ ਤੁਹਾਨੂੰ ਆਪਾਂ ਜਿਹਾ ਵਿਖਾਉਂਦੇ ਹਾਂ। ਨਾਲ ਹੀ ਉਸ ਤੋਂ ਬਾਅਦ ਬਾਦਸ਼ਾਹ ਮਸਜਿਦ ਆ ਜਿਹੜੀ ਪਹਿਲੋਂ ਦੀ ਬਣੀ ਆ, ਬਹੁਤ ਬਹੁਤ ਖੂਬਸੂਰਤ ਵੇਖਣ ਵਾਲੀ ਹੋਵੇ। ਫਿਰ ਉੱਥੇ ਚੱਲਦੇ ਲੈਣੀ ਹੈ ਜੀ ਟਿਕਟ। ਟਿਕਟ ਆ 50 ਰੁਪਈਆਂ ਦਾ, 50 ਦਾ ਟਿਕਟ ਹੈ, ਫੋਰਨਰ ਦਾ 500 ਦਾ। ਫੋਰਨਰ ਬਹੁਤੇ ਪੈਸੇ ਦੇ ਕੇ ਜਾਣ, ਸ਼ਾਮ ਸੰਭਾਲ ਤਾਂ ਹੀ ਕਹਿੰਦੇ ਹੋਊਗੀ। ਹਾਂ, ਆਹ ਇਹਦੀ ਬਾਹਰਲੀ ਸਾਈਡ ਹੈ ਕਿਲ੍ਹੇ ਦੀ, ਫਿਰ ਅੰਦਰ ਚੱਲਦੇ ਹੁਣ ਟਿਕਟ ਲੈ ਕੇ। ਸਮੀ ਟਿਕਟ ਲੈਣ ਡਿਆ, ਉਹ ਲੈ ਹੀ ਲੈ ਸਮੀ ਨੇ ਟਿਕਟ। ਤੁਸੀਂ ਲੱਭ ਗਏ ਟਿਕਟ ਕਿੰਨੇ ਕਿੰਨੇ ਦਾ? ਬਾਹਰ ਵਾਲਿਆਂ ਦਾ 500 ਕੱਟਿਆ ਜੀ। ਹੂੰ, ਆਪਣੇ 50-50 ਕੱਟੇ। ਅੱਛਾ, ਬਹੁਤੇ ਲੈਂਦੇ ਆ, ਘੱਟ ਲੈਣੇ ਚਾਹੀਦੇ, ਘੱਟ ਲੈਣੇ ਚਾਹੀਦੇ। ਚਲੋ ਹੋਰ ਚੱਲੀਏ। ਮੈਂ ਵੜ ਗਏ ਜੀ ਆਪਾਂ ਵਿਰਕ ਸਾਹਿਬ ਕਿਲ੍ਹੇ ਦਾ ਪਹਿਲਾ ਦਰਵਾਜ਼ਾ। ਠੀਕ ਹੈ ਜੀ, ਬਹੁਤ 53 ਦਾ ਬਣਿਆ। ਹਾਂ, ਟਿਕਟ ਟੁਕਟ ਲੈ ਲਿਆ ਆਪਾਂ। ਸਰ ਆਪਕੋ ਗਾਈਡ ਚਾਹੀਏ? ਹਾਥੀ ਤੇ ਚੜ੍ਹਨ ਵਾਸਤੇ ਬਣਾਇਆ, ਹਾਥੀ ਉੱਤੇ ਬਹਿ ਕੇ ਹਾਥੀਆਂ ਦੇ ਚੜ੍ਹਦੇ ਤਾਂ ਵੱਡੇ। ਹਾਂ, ਇਹ ਤਾਂ ਆਉਂਦੇ ਸੀ ਐਂ ਦੀ, ਫਿਰ ਹਾਥੀ ਲੈ ਕੇ ਆਪਣੇ ਚੜ੍ਹਦੇ। ਇਹਦੀ ਰੈਨੋਵੇਸ਼ਨ ਹੋਣ ਡਈ ਹੈ। ਆਹ ਇੱਥੇ 7 ਜਿਹੜੀ ਲੱਗਦੀ ਹੁੰਦੀ ਸੀ ਮਹਾਰਾਜਾ, ਠੀਕ ਹੈ ਜੀ, ਸਭਾ ਬਹਿੰਦੇ ਹੁੰਦੇ ਸੀ। ਠੀਕ ਹੈ, ਇੱਥੇ ਲੋਕ ਆਵਾਮ ਨੇ ਬੈਠ ਬਹਿਣਾ ਇੱਧਰਲੀ ਸਾਈਡ 'ਤੇ। ਠੀਕ ਹੈ ਜੀ। ਉਹਨਾਂ ਦੇ ਜਿਵੇਂ ਹੁਣ ਲਾਉਂਦੇ ਨਹੀਂ ਕਚਹਿਰੀ, ਕੋਰਟ ਹੋ ਗਈ। ਹਾਂਜੀ ਹਾਂਜੀ ਹਾਂਜੀ, ਇਸ ਤਰ੍ਹਾਂ ਕਰਕੇ ਕੋਰਟ ਸੀ ਆ ਜਗ੍ਹਾ, ਇੱਥੇ ਉੱਪਰ ਬੈਠਦੇ, ਬਾਕੀ ਪਬਲਿਕ ਥੱਲੇ ਹੁੰਦੀ ਪਬਲਿਕ। ਇਹਦਾ ਰੈਨੋਵੇਸ਼ਨ ਦੀ ਹੋਣ ਡਈ ਹੁਣ, ਠੀਕ ਹੈ ਜੀ, ਦੁਬਾਰਾ ਨਵੇਂ ਸਿਰੇ ਤੋਂ। ਠੀਕ ਹੈ ਜੀ, ਆ ਜਾਣ ਅੰਦਰ ਲੈ ਕੇ ਚੱਲਦੇ ਅੰਦਰ। ਸ਼ੀਸ਼ ਮਹਿਲ ਆ, ਠੀਕ ਹੈ, ਮਹਿਲ ਜਿੱਥੇ ਮਹਾਰਾਜਾ ਹੋਣੀ ਨਿੱਕੇ ਹੁੰਦੇ ਆ ਤੋਂ ਵੱਡੇ, ਵੈਸੇ ਉਹਨਾਂ ਦੀ ਪੈਦਾਇਸ਼ ਤਾਂ ਦੱਸਦੇ ਗੁਜਰਾਂ ਵਾਲੇ ਹੋਈ। ਹਾਂਜੀ, ਗੁਜਰਾਂ ਵਾਲੇ ਜਿਹੜੀ ਮਹਾਂ ਸਿੰਘ ਦੀ ਹਵੇਲੀ ਆ ਉਹਨਾਂ ਦੀ, ਉਹ ਵੀ ਉੱਥੇ ਆ। ਠੀਕ ਹੈ ਜੀ, ਉੱਥੇ ਹੋਈ ਆ, ਲੇਕਿਨ ਇੱਥੇ ਉਹਨਾਂ ਦੀ ਪਰਵਰਿਸ਼ ਜਿਹੜੀ ਆ ਵੱਡੇ ਬਚਪਨ ਇੱਥੇ ਗੁਜ਼ਰਿਆ, ਇੱਥੇ ਗੁਜ਼ਰਿਆ ਇਸ ਜਗ੍ਹਾ 'ਤੇ। ਠੀਕ, ਇੱਥੇ ਆਪਾਂ ਲੈ ਕੇ ਚੱਲੇ ਤੁਹਾਨੂੰ। ਉਹ ਸਾਹਮਣੇ 9 ਲੱਖ ਹਾਰ ਉੱਥੇ ਪਿਆ ਹੁੰਦਾ ਸੀ ਉਹ ਸਾਹਮਣੇ। ਅੱਛਾ ਅੱਛਾ ਅੱਛਾ, ਮਹਾਰਾਣੀ ਜਿੰਦਾਂ ਦਾ ਸੀ ਇੱਥੇ। ਹਾਂਜੀ ਹਾਂਜੀ, ਠੀਕ ਹੈ ਜੀ। 9 ਲੱਖ ਹਾਰ ਉਸ ਬਿਲਡਿੰਗ ਹੁੰਦਾ ਸੀ, ਉੱਥੇ ਵੀ ਚੱਲਦੇ ਆਪਾਂ। ਠੀਕ, ਕੰਮ ਕੁਮੇ ਦਾ ਹੋਣ ਡਿਆ, ਰੈਨੋਵੇਸ਼ਨ ਹੋਣ ਡਈ। ਇੱਥੇ ਪਾਣੀ ਹੁੰਦਾ ਹੋਣਾ ਪਹਿਲਾਂ? ਹਾਂ, ਇੱਥੇ ਪਾਣੀ ਸੀ, ਤਲਾਬ ਪਾਣੀ ਦਾ, ਤਲਾਬ ਘੁੰਮਣ ਫਿਰਨ ਵਾਸਤੇ। ਠੀਕ ਹੈ ਜੀ, ਕਹਿੰਦੇ ਜੀ ਸ਼ੀਸ਼ ਮਹਿਲ, ਸ਼ੀਸ਼ ਮਹਿਲ ਸ਼ੀਸ਼ੇ ਲੱਗੇ ਅੰਦਰ, ਤੁਸੀਂ ਜਾ ਕੇ ਵੇਖੋਗੇ ਨਾ ਇੱਕ ਮਾੜੀ ਜੀ ਸੂਰਜ ਦੀ ਰੋਸ਼ਨੀ ਮਾੜੀ ਜੀ ਪੈਂਦੀ, ਉਹ ਤਾਂ ਚਮਕ ਪੂਰਾ ਚਮਕ ਜਾਂਦਾ, ਸਾਰਾ ਚਮਕਦਾ। ਠੀਕ ਹੈ, ਅੰਦਰ ਲਾਈਟ ਬਲਬ ਆ ਕੇ ਤੁਹਾਨੂੰ ਹੋਣਾ ਚਲਾ ਕੇ ਨਾ। ਥੱਲੇ ਵਗਦਾ ਹੁੰਦਾ ਸੀ ਰਾਵੀ ਇੱਧਰੋਂ ਥੱਲੀ ਸਾਈਡ ਤੋਂ। ਠੀਕ ਹੈ ਜੀ, ਅਤੇ ਆਹ ਇਸ ਕਮਰੇ ਜਾਓਗੇ ਹੁਣ ਤਾਂ ਰਾਵੀ ਚਲਾ ਗਿਆ, ਹਟਵਾਂ ਥੋੜ੍ਹਾ ਜਿਹਾ ਨਾ। ਹਾਂਜੀ, ਅਤੇ ਬਿਲਕੁਲ ਪਹਿਲਾਂ ਉਹ ਦੀਵਾਰ ਦੇ ਨਾਲ ਵਗਦਾ ਹੁੰਦਾ ਸੀ ਰਾਵੀ ਜਿਹੜੀ ਦੇ ਥੱਲੇ ਉਹ ਨਾਲ ਨਾਲ। ਠੀਕ ਹੈ ਜੀ, ਓਕੇ, ਹੁਣ ਪਿੱਛੇ ਚਲਿਆ ਗਿਆ ਰਾਵੀ, ਹੁਣ ਆਉਂਦੇ ਨਾ ਦਰਿਆ ਰਸਤੇ ਬਦਲਦੇ। ਹਾਂਜੀ ਹਾਂਜੀ, ਉਦੋਂ ਬਦਲ ਗਿਆ, ਬਦਲਦੇ ਆ ਵੀ। ਆਹ ਉੱਤੇ ਦੇਖੋ ਸ਼ੀਸ਼ੇ ਸ਼ੀਸ਼ੇ ਲੱਗੇ ਸਾਰੇ, ਸ਼ੀਸ਼ੇ ਅੰਦਰਲੇ ਦਰਵਾਜ਼ੇ ਤੋਂ ਵਿਖਾਉਣਾ ਉਹ ਇੱਕ ਮਿੰਟ। ਬਾਹਰ ਵੇਖਣ ਵਾਸਤੇ ਵੀ ਕੀ ਮਾਹੌਲ ਮਤਾ ਕਿਵੇਂ ਆ, ਠੀਕ, ਸਿਕਿਉਰਿਟੀ ਵੀ ਹੋਊਗੀ। ਹਾਂ, ਆਹ ਸਿਕਿਉਰਿਟੀ ਵਾਲ ਹੈ, ਠੀਕ ਹੈ ਜੀ, ਠੀਕ ਹੈ। ਉੱਥੇ ਗਾਰਡ ਗੁਰਡ ਹੁੰਦੇ ਹੋਣਗੇ? ਹਾਂਜੀ ਹਾਂਜੀ, ਇੱਥੇ ਗਾਰਡ ਵਗੈਰਾ ਹੁੰਦੇ ਹੋਣਗੇ। ਆਹ ਦਰਿਆ ਦਾ ਰਸਤਾ ਸੀ, ਜਿਹੜਾ ਦਰਿਆ ਥੱਲੇ ਬਿਲਕੁਲ ਨਾਲੋਂ ਦੀ ਲੰਘਦਾ ਸੀ ਦਰਿਆ। ਠੀਕ ਹੈ, ਠੀਕ ਹੈ, ਲਾਹੌਰ ਦਿਖਾ ਦਈਏ। ਆਹ ਲਾਹੌਰ ਹੈ ਜੀ, ਬਾਹਰੋਂ ਬਾਹਰੋਂ ਸ਼ਾਹੀ ਕਿਲ੍ਹੇ ਦੇ ਬਾਹਰੋਂ ਬਾਹਰੋਂ। ਹਾਂਜੀ, ਸ਼ਾਹੀ ਕਿਲ੍ਹੇ ਦਾ ਪੂਰਾ ਲਾਹੌਰ ਦੇ ਦਾ। ਹਾਂ, ਇਹ ਕਿਲ੍ਹਾ ਇਹੀ ਤੇ ਨਹੀਂ ਜਿਹੜਾ ਆਉਂਦਾ ਸੀ ਸਾਰੀਆਂ ਇਹ ਜਾਦੂ। ਠੀਕ ਹੈ, ਹੁਣ ਤੁਹਾਨੂੰ ਵਿਖਾ ਦਈਏ 9 ਲੱਖ ਹਾਰ। 9 ਲੱਖ ਹਾਰ, 9 ਲੱਖ ਹਾਰ ਇੱਥੇ ਰੱਖਿਆ ਹੁੰਦਾ ਸੀ। ਠੀਕ ਹੈ ਜੀ, ਇਸ ਜਗ੍ਹਾ 'ਤੇ, ਇਹ ਸਾਹਮਣੇ, ਕਿਉਂਕਿ ਇਹ ਘਰ ਸੀ, ਘਰ ਦੇ ਵਿੱਚ ਮਹਾਰਾਜਾ ਦੀ ਐਂਟਰੀ ਕਿਸੇ ਦੀ ਨਹੀਂ ਹੋਣੀ ਹੁੰਦੀ ਹੋਣੀ। ਠੀਕ ਹੈ, ਮਤਲਬ ਉਹ ਉੱਥੇ ਤੱਕ ਸੀ ਸਾਰਾ ਕੁਛ, ਉਸ ਤੋਂ ਬਾਹਰ ਬਾਹਰ ਹੀ। ਠੀਕ ਹੈ ਜੀ, ਅੰਦਰ ਫੈਮਿਲੀ ਦਾ ਏਰੀਆ, ਫੈਮਿਲੀ ਏਰੀਆ ਹੋ ਗਿਆ ਸਾਰਾ।
ਤੇ ਇੱਥੇ ਰੱਖਿਆ ਹੁੰਦਾ ਸੀ ਜੀ 9 ਲੱਖ ਹਾਰ ਇਸ ਬਿਲਡਿੰਗ ਦੇ ਵਿੱਚ ਮਾੜਾ ਮੋਟਾ ਪਿਆ ਹੁਣ ਹਲੇ ਵੀ ਸ਼ਾਇਦ ਕੋਈ ਕੰਗਰਾ ਕੰਗਰਾ ਭਰਿਆ ਹੋਵੇ ਇਹ ਆ ਜੀ ਜਗ੍ਹਾ ਠੀਕ ਹੈ ਜੀ ਸੇਫ ਲੱਗਦੀ ਇਹਦੇ 'ਚ ਹੀ ਰੱਖਿਆ ਹੁਣ ਅੰਦਰ ਕਿਤੇ ਹਾਂ ਪਤਾ ਨਹੀਂ ਹੁਣ ਕਿੱਥੇ ਰੱਖਿਆ ਜੀ ਇੱਥੇ ਆਉਂਦੇ ਇੱਥੇ ਡਿਸਪਲੇ ਇੱਥੇ ਕਰ ਦਿਓ ਡਿਸਪਲੇ ਇੱਥੇ ਕਰ ਦਿਓ ਹੁਣ ਠੀਕ ਹੈ ਹਾਂ ਲਓ ਵੇਖ ਲਿਆ ਆਪਾਂ ਜੀ ਸ਼ੀਸ਼ ਮਹਿਲ ਅਤੇ ਜਿੱਥੇ ਹਾਰ ਰੱਖਿਆ ਸੀ ਹਾਂਜੀ 9 ਲੱਖ ਹਾਰ ਅੱਗੇ ਆਪਾਂ ਵੱਧਦੇ ਮਿਊਜ਼ੀਅਮ ਵਿੱਚ ਚੱਲਦੇ ਵੇਖਦੇ ਮਿਊਜ਼ੀਅਮ 'ਚ ਕੀ ਕੁਛ ਰੱਖਿਆ ਮੈਂ ਬੜਾ ਲੱਭਿਆ ਭਾਈ ਕੋਈ ਪੁਰਜਾ ਛੋਟਾ ਮੋਟਾ ਲੱਭ ਜੇ 9 ਲੱਖ ਹਾਰ ਦਾ ਪਾਰਟ ਲੱਭ ਜੇ ਕੋਈ ਅਤੇ ਅੱਜ ਦੇ ਸਫ਼ਰ ਦੇ ਵਿੱਚ ਲਾਹੌਰ ਦੇ ਕੋਲ ਕੋਲ ਦੀਆਂ ਚੀਜ਼ਾਂ ਤੁਹਾਨੂੰ ਸ਼ਾਰਟ ਜਿਹੇ ਟੂਰ ਦੇ ਵਿੱਚ ਇਸ ਵਲੋਗ ਦੇ ਵਿੱਚ ਵਾਵਾਂਗੇ ਠੀਕ ਹੈ ਅੱਗੇ ਵੱਧਦੇ ਆਪਾਂ ਮਿਊਜ਼ੀਅਮ ਵੱਲ ਨੂੰ ਚੱਲੀਏ ਇਹ ਵੇਖੋ ਵੀ ਜਿਸ ਤਰ੍ਹਾਂ ਹੋਇਆ ਸੀ ਨਾ ਸਟਰਕਚਰ ਪਹਿਲਾਂ ਦਾ ਉਹੀ ਸੈਟਅਪ ਰੱਖਿਆ ਹੋਇਆ ਸੈਟਅਪ ਉਹਨੂੰ ਗਾਰਡਨ ਜਿਸ ਤਰ੍ਹਾਂ ਪਹਿਲਾਂ ਸੀ ਉਸ ਤਰ੍ਹਾਂ ਬਣਾਇਆ ਨਾ ਅਗਲੇ ਪਾਸੇ ਥੋੜ੍ਹਾ ਜਿਹਾ ਫੁਹਾਰਾ ਜਿਹਾ ਲਾ ਕੇ ਪੂਲ ਜਿਹਾ ਬਣਿਆ ਅੱਗੇ ਠੀਕ ਹੈ ਇੱਥੇ ਮਿਊਜ਼ੀਅਮ ਬਣਾਇਆ ਪੁਰਾਣੀਆਂ ਚੀਜ਼ਾਂ ਰੱਖੀਆਂ ਠੀਕ ਹੈ ਪੁਰਾਣਾ ਲਾਹੌਰ ਪੂਰਾ ਵਿਖਾਇਆ ਪੂਰਾ ਕਿਲਾ ਕਵਰ ਕਰਦੇ ਫੋਟੋ ਪੁਰਾਣਾ ਲਾਹੌਰ ਸਾਰਾ ਵਿਖਾਇਆ ਨਾ ਪਹਿਲਾਂ ਹੁੰਦਾ ਸੀ ਵੇਖੋ ਜੀ ਮਹਾਰਾਜਾ ਦਲੀਪ ਸਿੰਘ ਦੀ ਹਾਂਜੀ ਦਲੀਪ ਅੱਗੇ ਲਿਖਿਆ ਮਹਾਰਾਜਾ ਰਣਜੀਤ ਸਿੰਘ ਦੀ ਪੁਰਾਣੀ ਫੋਟੋ ਬਣਾਈ ਠੀਕ ਹੈ ਜੀ ਪ੍ਰਤਾਪ ਸਿੰਘ ਦੀ ਮਹਾਰਾਜਾ ਦਲੀਪ ਸਿੰਘ ਦੇ ਛੋਟੇ ਹੁੰਦੇ ਜੀ ਹਾਂਜੀ ਆਹ ਫਿਰ ਲਾਈਆਂ ਸਾਰਿਆਂ ਦੀ ਸਾਧ ਸਿੰਘ ਧਿਆਨ ਸਿੰਘ ਦੀਵਾਨ ਸਿੰਘ ਦੇ ਸਾਰਿਆਂ ਦੀ ਉਦੋਂ ਦੇ ਹਾਂਜੀ ਪੁਰਾਣੀਆਂ ਫੋਟੋ ਜੀ ਹਾਂਜੀ ਬ੍ਰਿਟਿਸ਼ ਦੇ ਪਿਸਟਲ ਨੇ ਗੋਲੇ ਬਣਾਉਣ ਵਾਲੇ ਸਾਂਚੇ ਨੇ ਉਹ ਪੱਥਰ ਦੇ ਨਾਲ ਅੱਗ ਚਲਾਈ ਜਾਂਦੀ ਸੀ ਰਗੜ ਕੇ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਗੋਲੀਆਂ ਬਣਾਉਣ ਵਾਲੇ ਸਾਂਚੇ ਉੱਧਰ ਠੀਕ ਹੈ ਜੀ ਇਹ ਬਰੂਦ ਕਾ ਪੈਮਾਨਾ ਠੀਕ ਹੈ ਜੀ ਇਹ ਉਂਗਲੀਆਂ ਟਾਰਚਰ ਕਰਨ ਵਾਲੀ ਮਸ਼ੀਨਾਂ ਠੀਕ ਹੈ ਨਾਖਨ ਨੂੰ ਉਤਾਰ ਦਿੰਦੇ ਸਨ ਅੱਛਾ ਜੀ ਇਹ ਜਿਹੜੇ ਨੇ ਇਹਦੇ ਨਾਲ ਇਹ ਜੋੜ ਤੋੜ ਦਿੰਦੇ ਸਨ ਟਾਰਚਰ ਕਰਨ ਲਈ ਹਾਂਜੀ ਟਾਰਚਰ ਇਹ 12 ਸਿੰਘਾਂ ਦਾ ਸਿੰਘ ਹੈ ਠੀਕ ਹੈ ਜੀ ਇਹ ਨੇਜ਼ੇ ਦੇ ਤੌਰ ਤੇ ਵੀ ਇਸਤੇਮਾਲ ਕਰਦੇ ਸਨ ਤੇ ਛੜੀ ਦੇ ਤੌਰ ਤੇ ਵੀ ਇਸਤੇਮਾਲ ਕਰਦੇ ਠੀਕ ਹੈ ਜੀ ਅੱਗੇ ਉਹ ਮੁਗਲ ਦੌਰ ਦੀਆਂ ਤਲਵਾਰਾਂ ਨੇ ਹਾਂਜੀ ਇਹ ਸਿੱਖ ਦੌਰ ਦਾ ਜਿਹੜਾ ਨਾ ਦਲੀਪ ਸਿੰਘ ਖੜਕ ਸਿੰਘ ਦਾ ਦੌਰ ਜੀ ਉਹਦੇ ਨੇਜ਼ੇ ਹੈਗੇ ਨੇਜ਼ੇ ਬਰਸ਼ੇ ਉਸ ਤੋਂ ਬਾਅਦ ਇਹ ਇਸ ਇੰਡੀਆ ਕੰਪਨੀ ਦੇਖਦੀ ਸੀ ਉਹ ਤੋੜਾਦਾਰ ਬੰਦੂਕ ਹੈ ਠੀਕ ਹੈ ਜੀ ਦੌਰ ਨਾਲ ਇਹ ਸਿੱਖ ਔਰ ਕ੍ਰਿਸਚਨ ਇਸਤੇਮਾਲ ਕਰਦੇ ਸਨ ਸਿੱਧੀ ਤਲਵਾਰ ਠੀਕ ਹੈ ਜੀ ਇਹਦੇ ਵਿੱਚ ਬਰੂਦ ਡਾਲ ਕੇ ਬਰੂਦ ਦੀ ਕਪੈਸਿਟੀ ਚੈੱਕ ਕੀਤੀ ਜਾਂਦੀ ਕਿਤਨਾ ਬਲਾਸਟ ਕਰਦਾ ਠੀਕ ਹੈ ਜੀ ਇਰਾਨੀ ਛੁਰੇ ਹਾਂਜੀ ਸਿੱਖਾਂ ਦੇ ਕੜੇ ਬਰਸ਼ੇ ਸਿੱਖਾਂ ਦੀਆਂ ਕੁਲਹਾੜੀਆਂ ਮੁਗਲਾਂ ਦੇ ਨੇਜ਼ੇ ਹਾਂਜੀ ਇਹ ਜਿਹੜਾ ਨਾ ਪੱਥਰ ਤੁਹਾਨੂੰ ਦੱਸਿਆ ਅੱਗ ਜਲਾਉਣ ਵਾਸਤੇ ਹੁੰਦਾ ਠੀਕ ਹੈ ਜੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਘੋੜੀ ਹੈ ਠੀਕ ਹੈ ਜੀ ਜੈਨੂਇਨ ਘੋੜੀ ਇਹਨੂੰ ਸਟਫ ਕੀਤਾ ਗਿਆ ਮਸਾਲਾ ਲਗਾ ਕੇ ਡੰਮੀ ਕੀਤਾ ਗਿਆ ਇਹਨਾਂ ਨੂੰ ਓਕੇ ਇਹ ਰਣਜੀਤ ਸਿੰਘ ਦੀ ਜੈਨੂਇਨ ਘੋੜੀ ਹੈ ਓਕੇ ਓਕੇ ਇਹ ਸਮਾਨ ਜਿਹੜਾ ਜੰਗ ਦੇ ਦੌਰਾਨ ਰਣਜੀਤ ਸਿੰਘ ਇਸਤੇਮਾਲ ਕਰਦਾ ਸੀ ਠੀਕ ਹੈ ਜੀ ਉਹ ਰੀਜਨਲ ਹੈ ਠੀਕ ਉਸ ਤੋਂ ਬਾਅਦ ਇਹ ਸ਼ਾਲ ਰੀਜਨਲ ਹੈ ਇਹ ਵੀ ਸ਼ਾਲ ਜਿਹੜੀ ਹੈ ਰੀਜਨਲ ਉਸ ਟਾਈਮ ਦੇ ਨੇ ਇਹ ਬੰਦੂਕਾਂ ਜਿਹੜੀਆਂ ਨੇ ਪੰਜਾਬੀ ਦੀ ਕਹਾਵਤ ਤੁਸੀਂ ਸੁਣੀ ਹੋਣੀ ਹੈ ਹਾਂਜੀ ਕਿਸੇ ਦੇ ਮੋਢੇ ਤੇ ਰੱਖ ਕੇ ਬੰਦੂਕ ਨਹੀਂ ਚਲਾਉਣੀ ਚਾਹੀਦੀ ਬਿਲਕੁਲ ਇਹ ਉਹ ਵਾਲੀ ਬੰਦੂਕ ਠੀਕ ਹੈ ਜੀ ਲਓ ਜੀ ਵੇਖ ਲਿਆ ਆਪਾਂ ਮਿਊਜ਼ੀਅਮ ਬੰਦੇ ਨੇ ਇਨਫੋਰਮੇਸ਼ਨ ਵਾਵਾ ਬਹੁਤ ਵਧੀਆ ਬਹੁਤ ਵਧੀਆ ਵੈਸੇ ਆਪਣਾ ਜਿਹੜਾ ਵਿਕਾਸ ਜੋ ਹੋ ਰਿਹਾ ਉਹ ਬੜੀ ਡਿਟੇਲ ਦੇ ਨਾਲ ਸਾਰਾ ਦੱਸਦਾ ਕਿਉਂਕਿ ਟੂਰ ਕਰਦਾ ਰਹਿੰਦਾ ਠੀਕ ਹੈ ਜੀ ਬੜੀ ਡਿਟੇਲ ਦੇ ਨਾਲ ਇੱਕ ਇੱਕ ਚੀਜ਼ ਦਾ ਪਤਾ ਉਹਨੂੰ ਠੀਕ ਹੈ ਜੀ ਮੈਨੂੰ ਇਹਨਾਂ ਨਹੀਂ ਪਤਾ ਸੋ ਇਸ ਤੋਂ ਫਿਰ ਵੀ ਇਹਨਾਂ ਨੇ ਕਾਫੀ ਹਾਂਜੀ ਹਾਂਜੀ ਡਿਟੇਲ ਦਿੱਤੀ ਉਹਨਾਂ ਨੇ ਹਾਂ ਹੁਣ ਅੱਗੇ ਆਪਾਂ ਚੱਲਦੇ ਹਾਂ ਕਿਲੇ ਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਵੇਖਣ ਵਾਲੀਆਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਬਾਸੇ ਮਸੇ ਚੱਲਦੇ ਹਾਂ ਠੀਕ ਹੈ ਜੀ ਦੀਵਾਨੇ ਆਮ ਦੀਵਾਨੇ ਆਮ ਜਹਾਂਗੀਰੀ ਹਤਾ ਇਸ ਸਾਈਡ ਤੇ ਤੇ ਉਹ ਸਾਹਮਣੇ ਦੀਵਾਨੇ ਆਮ ਹੈ ਠੀਕ ਹੈ ਜੀ ਵੀ ਉਹਦੇ ਹੁੰਦੀ ਸੀ ਨਾ ਜਿਹੜਾ ਅੱਗੇ ਤੁਹਾਨੂੰ ਵਿਖਾਈ ਹੈ ਖਾਸ ਸੱਥ ਹਾਂਜੀ ਵੀ ਜਿੱਥੇ ਮਖਸੂਸ ਕੇਸਿਸ ਹੁੰਦੇ ਨੇ ਹਰ ਬੰਦਾ ਮਤਲਬ ਜਿੱਥੇ ਅਦਾਲਤ ਜਿਹਨੂੰ ਆਪਾਂ ਕਹਿੰਦੇ ਉਹ ਅਦਾਲਤ ਸੀ ਇਹ ਦੀਵਾਨੇ ਆਮ ਹੈ ਜਿੱਥੇ ਵੀ ਆਮ ਪਬਲਿਕ ਆ ਸਕਦੀ ਸੀ ਪਬਲਿਕ ਆ ਸਕਦੀ ਠੀਕ ਹੈ ਜੀ ਇਹ ਉਹ ਜਗ੍ਹਾ ਆਹ ਆ ਗਿਆ ਜੀ ਦੀਵਾਨੇ ਆਮ ਠੀਕ ਹੈ ਜੀ ਜਿੱਥੇ ਦੀਵਾਨ ਪਬਲਿਕ ਮੀਟਿੰਗ ਹੋ ਗਈ ਹਾਂ ਇੱਥੇ ਬਹਿੰਦੇ ਹੋਣਗੇ ਉਹ ਉੱਤੇ ਬਣੇ ਨਾ ਵੇਖੋ ਹਾਂਜੀ ਇਹ ਆ ਗਿਆ ਉਹਦਾ ਅੰਦਰੂਨੀ ਹਾਤਾ
ਉਹ ਸਾਹਮਣੇ ਜਿਹੜਾ ਚਬੂਤਰਾ ਹਾਂਜੀ ਇੱਥੇ ਮਹਾਰਾਜਾ ਬਹਿੰਦਾ ਠੀਕ ਹੈ ਜੀ ਤੇ ਸਾਈਡਾਂ ਤੇ ਸਾਰੀ ਗੱਲ ਉਹਦੇ ਮਜ਼ੀਰ ਵਜ਼ੀਰ ਜਾਂ ਸਿਕਿਉਰਟੀ ਵਾਲੇ ਦੇ ਸਾਈਡਾਂ ਦੀਆਂ ਬਾਰੀਆਂ ਨੇ ਠੀਕ ਉਹਨਾਂ 'ਚ ਉਹ ਬਹਿੰਦੇ ਹੋਣ ਠੀਕ ਹੈ ਜੀ ਪਬਲਿਕ ਇੱਧਰ ਬਹਿੰਦੀ ਹੋਊਗੀ ਪਬਲਿਕ ਇੱਥੇ ਅੱਗੇ ਉੱਥੇ ਸਾਰਾ ਪਬਲਿਕ ਵਾਸਤੇ ਠੀਕ ਹੈ ਜੀ ਬੱਚਿਆਂ ਅੱਗੇ ਨੂੰ ਚਲੋ ਇਹ ਅਸੀਂ ਬਾਦਸ਼ਾਹੀ ਕਿਲੇ ਦਾ ਸ਼ਾਰਟ ਜਿਹਾ ਟੂਰ ਕੀਤਾ ਹੁਣ ਅੱਗੇ ਆਪਾਂ ਬਾਦਸ਼ਾਹੀ ਮਸਜਿਦ ਜਾਣਾ ਬਿਲਕੁਲ ਠੀਕ ਹੈ ਬਾਦਸ਼ਾਹੀ ਮਸਜਿਦ ਲੱਗ ਗਈ ਆ ਠੀਕ ਹੈ ਜੀ ਉੱਥੇ ਤੁਹਾਨੂੰ ਵਿਖਾਉਂਦੇ ਠੀਕ ਉਹਦਾ ਸਟਰਕਚਰ ਵੀ ਬਹੁਤ ਸੋਹਣਾ ਖੂਬਸੂਰਤ ਆ ਠੀਕ ਹੈ ਜੀ ਵੇਖਣ ਵਾਲੀ ਹੋਵੇ ਬਿਲਕੁਲ ਠੀਕ ਹੈ ਜੀ ਆਓ ਫਿਰ ਚੱਲਦੇ ਹਾਂ ਆਪਾਂ ਮਸਜਿਦ ਵੱਲ ਵੀਰ ਸਾਹਿਬ ਆ ਗਏ ਆਪਾਂ ਬਾਦਸ਼ਾਹੀ ਮਸਜਿਦ ਠੀਕ ਹੈ ਜੀ ਉਹਨੂੰ ਕਹਿੰਦੇ ਬਾਦਸ਼ਾਹੀ ਮਸਜਿਦ ਇਹ ਸਾਰੀਆਂ ਬਿਲਡਿੰਗਾਂ ਜਿਹੜੀਆਂ ਇਤਿਹਾਸਿਕ ਹਿਸਟੋਰਿਕ ਬਿਲਡਿੰਗਾਂ ਨੇ ਬਹੁਤ ਪੁਰਾਣੀਆਂ ਬਣੀਆਂ ਇਹਨਾਂ ਨੇ ਬਹੁਤ ਸਾਰੇ ਦੌਰ ਵੇਖੇ ਹੁਣ ਤੱਕ ਬਹੁਤ ਸਾਰੀਆਂ ਸਰਕਾਰਾਂ ਸਦੀਆਂ ਦੇਖੀਆਂ ਸਦੀਆਂ ਵੇਖੀਆਂ ਹਾਂਜੀ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂਜੀ ਸਲਾਮ ਅਲੈਕੁਮ ਵਾਲੇਕੁਮ ਕੀ ਹਾਲ ਚਾਲ ਠੀਕ ਠਾਕ ਸਲਾਮ ਭਾਈ ਕੀ ਹਾਲ ਚਾਲ ਠੀਕ ਹੋ ਕਿੱਥੋਂ ਤੁਸੀਂ ਮੈਂ ਲਈਆ ਤੋਂ ਜੀ ਲਈਆ ਤੋਂ ਤੁਸੀਂ ਵੀ ਲਈਆ ਤੋਂ ਭਾਈ ਅੱਛਾ ਤੇ ਵੇਖਦੇ ਪ੍ਰੋਗਰਾਮ ਹਾਂਜੀ ਅਸੀਂ ਡੇਲੀ ਤੌਰ ਤੇ ਰੋਣ ਵੇਖਦੇ ਨੇ ਅੱਛਾ ਡੇਲੀ ਤੁਹਾਡੇ ਜਿਹੜਾ ਵਿਲਾਗ ਮਾਸ਼ਾਅੱਲਾ ਜੀ ਬੜਾ ਪੰਜਾਬ ਦਾ ਕਲਚਰ ਜਿਹੜਾ ਤੁਸੀਂ ਸਪੋਰਟ ਕਰ ਰਹੇ ਹੋ ਠੀਕ ਹੈ ਬੜੀ ਖੁਸ਼ੀ ਹੁੰਦੀ ਹੈ ਠੀਕ ਹੈ ਨਾਲ ਬਾਕੀ ਅੱਲਾ ਖੈਰ ਕਰੇ ਇਨਸ਼ਾ ਅੱਲਾ ਰਿਲਾਈਜ਼ ਤੁਸੀਂ ਕਰਾਇਆ ਲਈਆ ਨਹੀਂ ਅਸੀਂ ਘੁੰਮਿਆ ਤੇ ਲਈਆ ਵੀ ਘੁੰਮਣਾ ਵਾਂਗੇ ਤੁਹਾਡੇ ਜ਼ਰੂਰ ਮੋਸਟ ਵੈਲਕਮ ਤੁਸੀਂ ਲਈਏ ਜ਼ਰੂਰ ਚੱਕ ਲਓ ਠੀਕ ਹੈ ਸਾਡੀ ਦੁਆ ਹੈ ਇਨਸ਼ਾਅੱਲਾ ਤੁਸੀਂ ਜ਼ਰੂਰ ਆਵਾਂਗੇ ਤੁਹਾਡੇ ਲਈਏ ਬਹੁਤ ਸ਼ੁਕਰੀਆ ਇਸ ਤਰ੍ਹਾਂ ਮਿਹਨਤ ਕਰਦੇ ਰਹੋ ਹਾਂਜੀ ਹਾਂਜੀ ਧੰਨਵਾਦ ਠੀਕ ਹੈ ਜੀ ਸ਼ੁਕਰੀਆ ਭਾਈ ਓਕੇ ਓਕੇ ਰੱਬ ਰੱਖਾ ਨਾਸਰ ਨਾਸਰ ਢਿੱਲੋਂ ਨਾਸਰ ਢਿੱਲੋਂ ਠੀਕ ਹੈ ਤੋ ਦੇਖਦੇ ਰਹੀਦਾ ਅਕਸਰ ਵੇਖਦੇ ਤੁਹਾਡੇ ਅੱਛਾ ਅੱਛਾ ਵੇਖਦੇ ਰਹੀਦਾ ਚਲੋ ਸਰ ਠੀਕ ਹੈ ਜੀ ਆਓ ਜੀ ਹਾਂਜੀ ਇਹ ਹੈ ਜੀ ਬਾਦਸ਼ਾਹੀ ਮਸਜਿਦ ਬੜੀ ਖੂਬਸੂਰਤ ਜਿਵੇਂ ਤੁਹਾਨੂੰ ਦੱਸਿਆ ਸੀ ਦੇਖੋ ਇਹਦੇ ਨਜ਼ਾਰੇ ਬਿਲਕੁਲ ਬਿਲਡਿੰਗ ਬਹੁਤ ਨਾਲ ਨਾਲ ਤੁਹਾਨੂੰ ਮੈਂ ਦੱਸਦਾ ਵੀ ਇੰਨਾ ਮਾੜਾ ਚੰਗਾ ਮੈਨੂੰ ਜਿੰਨਾ ਪਤਾ ਹਾਂਜੀ 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 ਇਹਦੇ ਬਿਲਕੁਲ ਉਹ ਟੌਪ 'ਤੇ ਬਹਿੰਦੇ ਜੋ ਹੋਟਲਸ ਨੇ ਇੱਥੇ ਅਸੀਂ ਅਕਸਰ ਰਾਤ ਨੂੰ ਬਹਿ ਕੇ ਵੀਡੀਓ ਬਣਾਉਂਦੀ ਰਾਤ ਨੂੰ ਬੜੀ ਖੂਬਸੂਰਤ ਲੱਗਦਾ ਠੀਕ ਹੈ ਠੀਕ ਉੱਥੇ ਆਪਾਂ ਚੱਲਾਂਗੇ ਠੀਕ ਹੈ ਜੀ ਉੱਥੇ ਬਹਿ ਕੇ ਵੀ ਦੇਖਾਂਗੇ ਮਸਜਿਦ ਆਓ ਅੰਦਰ ਨੂੰ ਚੱਲੀਏ ਜ਼ਰਾ ਹਾਂਜੀ ਚਲੋ ਜੀ ਮੈਂ ਮੀਆਂ ਚੰਨ ਸੇ ਹੂੰ ਉਹ ਮੇਰੇ ਸਾਥ ਹੈ ਤੂੰ ਮੀਆਂ ਚੰਨ ਤੋਂ ਹਾਂਜੀ ਮੈਂ ਮੀਆਂ ਚੰਨ ਸੇ ਤੂੰ ਉਰਦੂ ਕਿਉਂ ਬੋਲਦਾ ਆਪਕੇ ਸਾਥ ਮਿਲ ਕੇ ਉਰਦੂ ਕਿਉਂ ਉਰਦੂ ਪੰਜਾਬੀ ਬੋਲ ਮੈਂ ਜੀ ਤਨਾ ਪੰਜਾਬੀ ਬੋਲਣ ਨੇ ਭਰਾ ਪੰਜਾਬੀ ਬੋਲ ਰਹੇ ਅਸੀਂ ਮੀਆਂ ਚੰਨੋਂ ਤੋਂ ਆਏ ਹਾਂ ਕੀ ਵੇਖਦਾ ਸਾਡਾ ਦੱਸ ਭਾਜੀ ਆ ਜਾਓ ਹਮ ਆਪਕੇ ਫੈਨ ਹੈ ਫੇਰ ਉਰਦੂ ਯਾਰ अच्छा कराची से फिर कोई बात नहीं जो कराची से यार कोई बात नहीं जिनकी मदर टंग है वो नो प्रॉब्लम है कराची तो जी ਚਲੋ ਸ਼ੁਕਰੀਆ ਤੁਹਾਡਾ ਜਨਾਬ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਚਲੋ ਲੈ ਲੈ ਹਾਂਜੀ 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 ਜ਼ਰੂਰ ਸ਼ੁਕਰੀਆ ਤੁਸੀਂ ਫੋਟੋ ਬਣਾਓ ਅਸੀਂ ਜ਼ਰਾ ਵੇਖ ਲਈਏ ਅੰਦਰ ਚੱਲੀਏ ਆਓ ਜੀ ਵੀਰ ਸਾਹਿਬ ਇਹ ਵੀਰ ਸਾਹਿਬ 1600 ਤੋਂ 1673 ਇਸ ਏਰੀਆ ਦੇ ਵਿੱਚ ਉਦੋਂ ਇਹ ਮਸਜਿਦ ਤਮੀਰ ਹੋਈ ਬਣੀ ਹੈਗੀ ਲਾਰਜੈਸਟ ਮਸਜਿਦ ਉਦੋਂ ਏਸ਼ੀਆ ਦੀ ਕਹਿੰਦੇ ਸੀ ਹੁਣ ਪਤਾ ਨਹੀਂ ਪਾਕਿਸਤਾਨ ਦੀ ਆ ਕਿ ਮਤਲਬ ਇਸ ਤੋਂ ਬਾਅਦ ਕੋਈ ਹੈ ਵੱਡੀ ਠੀਕ ਹੈ ਜੀ ਰਿਲਮ ਚ ਨਹੀਂ ਪਹਿਲਾਂ ਵੱਡੀ ਸੀ ਹੁਣ ਪਾਕਿਸਤਾਨ ਦੀ ਵੱਡੀ ਹੈ ਹੁਣ ਵੀ ਹਾਲੇ ਵੀ ਵੱਡੀ ਸਾਰਿਆਂ ਨਾਲ ਵੱਡੀ ਤਕਰੀਬਨ 200,000 ਨਵਾਜ਼ੀ ਈਦ ਦੇ ਦਿਨਾਂ 'ਚ ਇੱਥੇ ਆ ਕੇ ਨਵਾਜ਼ ਪੜ੍ਹਦੇ ਵਾਹ 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 ਆ ਜਾਓ ਅੰਦਰ ਚੱਲੀਏ ਆਪ ਬੜਾ ਖੂਬਸੂਰਤ ਸਟਰਕਚਰ ਅੰਦਰੋਂ ਵੀ ਪਾਣੀ ਪਹਿਲਾਂ ਬਿਜਲੀ ਬੁਜਲੀ ਤਾਂ ਹੁੰਦੀ ਸੀ ਲੇਕਿਨ ਹਵਾ ਦਾ ਐਡਾ ਜ਼ਬਰਦਸਤ ਉਹਨਾਂ ਨੇ ਰੱਖਿਆ ਅੰਦਰੋਂ ਵੀ ਤੁਹਾਨੂੰ ਗਰਮੀ ਨਹੀਂ ਵਿੱਚ ਲੱਗ ਸਕਦੀ ਬਿਲਕੁਲ ਬਿਲਕੁਲ ਏਰੀਆ ਬਿਲਡਿੰਗ ਬਹੁਤ ਵੱਡੀ ਏਰੀਆ ਬਹੁਤ ਖੁੱਲ੍ਹਾ ਹੈਗਾ ਆਹ ਇਹਦਾ ਅੰਦਰਲਾ ਏਰੀਆ ਜੀ ਹਾਂਜੀ ਖੂਬਸੂਰਤ ਬਹੁਤ ਖੂਬਸੂਰਤ ਬਣਾਇਆ ਆਹ ਇੱਥੇ ਉਹ ਸਾਹਮਣੇ ਇਮਾਮ ਮਸਜਿਦ ਖੜਾ ਹੁੰਦਾ ਇੱਥੇ ਠੀਕ ਹੈ ਜੀ ਜਮਾਤ ਨਮਾਜ਼ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਉੱਧਰ ਤੱਕ ਤੋੜ ਤੱਕ ਮਾਹੌਲ ਹੈ ਹਾਂਜੀ ਹਵਾ ਦਾ ਵੇਖੋ ਨਾ ਬਿਲਕੁਲ ਉਧਰੋਂ ਜ਼ਬਰਦਸਤ ਰੱਖਿਆ ਨਾਲ ਵੀ ਕਿਉਂਕਿ ਦਰਿਆ ਲਾਗੇ ਵਗਦਾ ਹੁੰਦਾ ਹਵਾ ਤੋਂ ਫਿਰ ਹਵਾ ਬਹੁਤ ਸੋਹਣੀ ਠੰਡੀ ਹਵਾ ਦੀ ਜੋ ਬਿਲਡਿੰਗ ਦੀ ਨਾ ਬੜਾ ਬਣਾਇਆ ਵੈਂਟੀਲੇਸ਼ਨ ਦੇ ਹਿਸਾਬ ਨਾਲ ਆਰਕੀਟੈਕਚਰ ਬਹੁਤ ਆਰਕੀਟੈਕਚਰ ਬਹੁਤ ਖੂਬਸੂਰਤ ਆ ਜਾਓ ਹਾਂਜੀ ਜਾਲੀ ਲੱਗੀ ਹੋਈ ਹੈ ਵੇਖੋ ਬਿਲਕੁਲ ਉਸ ਟਾਈਮ ਦਾ ਸਾਰਾ ਬਹੁਤ ਖੂਬਸੂਰਤ ਬਾ ਕਮਾਲ ਬਾਅਦ 'ਚ ਹੋ ਸਕਦਾ ਕਿ ਮਾੜਾ ਚੰਗਾ ਰਿਪੇਅਰ ਹੋਇਆ ਹੋਵੇ ਲੇਕਿਨ ਹੁਣ
ਪਾਰਟੀਸ਼ਨ ਤੋਂ ਪਹਿਲਾਂ ਤੱਕ ਦੀ ਉਹੀ ਬਿਲਡਿੰਗ ਓਰੀਜਨਲ ਸਟਰਕਚਰ ਹਾਂ ਉਹ ਸਟਰਕਚਰ ਹਾਂ ਖੂਬਸੂਰਤ ਆ ਫਿਰ ਬਾਹਰ ਨੂੰ ਆਉਂਦੇ ਆ ਇਹ ਬਰਾਮਦਾ ਬਰਾਮਦਾ ਸਾਰੇ ਹਵਾਦਾਰ ਆ ਬਿਲਕੁਲ ਉਹ ਸਾਹਮਣੇ ਉਹ ਹੋਟਲ ਆ ਉਹ ਵੇਖੋ ਕਿੰਨੇ ਲੋਕ ਉੱਤੇ ਹਾਂਜੀ 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 ਸਾਹਮਣੇ ਬਿਲਡਿੰਗ ਦੇਖਦੀ ਹੈ ਸਾਰੇ ਲੋਕ ਉੱਪਰ ਲਾਈਟਸ ਲੱਗੀਆਂ ਹੋਈਆਂ ਨੇ ਹਾਂ ਲਾਈਟਸ ਲੱਗੀਆਂ ਫਿਰ ਅਕਸਰ ਅਸੀਂ ਇੱਥੇ ਵੀਡੀਓ ਬਣਾਈ ਦੀਆਂ ਰਾਤ ਨੂੰ ਬੜਾ ਖੂਬਸੂਰਤ ਬਣਦਾ ਮਾਹੌਲ ਇੱਥੇ ਇਸ ਟਾਈਮ ਬੰਦਾ ਆ ਜਾਏ ਬੜਾ ਵਧੀਆ ਨਜ਼ਾਰਾ ਆਉਂਦਾ ਬਿਲਕੁਲ ਠੀਕ ਹੈ ਆ ਜਾਓ ਲਓ ਵੀ ਦੋਸਤੋ ਇਹ ਸੀ ਸਾਡਾ ਅੱਜ ਦਾ ਵਲੋਗ ਅੱਜ ਦੇ ਵਲੋਗ ਦੇ ਵਿੱਚ ਤੁਹਾਨੂੰ ਦੋ ਤਿੰਨ ਜਗ੍ਹਾਵਾਂ 'ਤੇ ਲੈ ਕੇ ਗਏ ਹੁਣ ਦੋ ਤਿੰਨ ਦਿਨ ਅਸੀਂ ਲਾਹੌਰ ਹੀ ਹੋਣਾ ਫਿਰ ਅੱਗੇ ਜਾਣਾ ਆਪਾਂ ਜੀ ਹਾਂਜੀ ਬਿਲਕੁਲ ਫਿਰ ਅੱਗੇ ਜਾਣਾ ਫਿਰ ਉਸ ਦੋ ਕੁ ਦਿਨ ਤੁਹਾਨੂੰ ਲਾਹੌਰ ਦੇ ਦੋ ਤਿੰਨ ਵਲੋਗ ਤੁਹਾਡੇ ਰੂਬਰੂ ਕਰਾਂਗੇ ਫਿਰ ਇਹਨਾਂ ਦਾ ਪਿੰਡ ਹੈ ਕਾਲੋ ਕੇ ਵਿਰਕਾਂ ਸ਼ੇਖਪੁਰਾ ਦੇ ਵਿੱਚ ਵੈਸੇ ਮੈਂ ਦੋ ਵਾਰੀ ਅੱਗੇ ਗਿਆ ਉੱਥੇ ਹਾਂਜੀ ਮੈਂ ਦੇਖਿਆ ਤੁਹਾਡੇ ਪਿੰਡ ਕਾਲੋ ਕੇ ਹਾਂਜੀ ਤੇ ਦੁਬਾਰਾ ਇੱਕ ਵਾਰੀ ਆਪਾਂ ਚੱਲਾਂਗੇ ਤੁਹਾਨੂੰ ਕਾਲੋ ਕੇ ਵਿਰਕਾਂ ਲੈ ਕੇ ਜਾਵਾਂਗੇ ਬਿਲਕੁਲ ਜੀ ਤੇ ਫਿਰ ਇੱਕ ਤੁਹਾਡੇ ਦੋਸਤਾਂ ਦੇ ਬਜ਼ੁਰਗਾਂ ਦਾ ਪਿੰਡ ਆ ਬਜ਼ੁਰਗਾਂ ਦਾ ਸ਼ਹਿਰ ਵਿਰਕਾਂ ਹਾਂਜੀ ਉੱਥੇ ਨਾਲ ਵੀ ਚੱਕਰ ਲਾਵਾਂਗੇ ਆਪਾਂ ਜ਼ਰੂਰ ਨਾਲ ਉਹਨਾਂ ਦੇ ਪਿੰਡ ਮਾਈਆ ਪਿੰਡ ਹੈਗਾ ਮਾਈਆ ਪਿੰਡ ਨਸ਼ਹਿਰਾ ਵਿਰਕਾਂ ਉੱਥੇ ਵੀ ਜਾਣਾ ਉਹ ਬਜ਼ੁਰਗ ਕਹਿੰਦੇ ਸਾਨੂੰ ਜ਼ਰੂਰ ਦੇਖ ਕੇ ਆਇਓ ਪਿੰਡ ਤੋਂ ਦੱਸਿਓ ਸਾਨੂੰ ਹਾਲ ਕਿਵੇਂ ਦਾ ਉੱਥੇ ਦਾ ਕੋਈ ਬਜ਼ੁਰਗ ਮਿਲਿਆ ਤਾਂ ਗੱਲ ਕਰਾਇਓ ਹਾਂ ਪਹਿਲਾ ਦਿਨ ਹੈ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਖੂਬਸੂਰਤ ਬਹੁਤ ਨਜ਼ਾਰਾ ਆ ਰਿਹਾ ਨਜ਼ਾਰਾ ਆ ਰਿਹਾ ਲਾਹੌਰ ਥੱਕੇ ਤੋਂ ਕਹਿੰਦੇ ਨਹੀਂ ਨਾ ਨਾ ਥਕਾਵਟ ਹੁੰਦੀ ਨਹੀਂ ਲਾਹੌਰ ਦੇਖ ਕੇ ਆਓ ਜੀ ਅਜੇ ਨਾ ਮੈਂ ਕਿਹਾ ਅਜੇ ਭਾਈ ਅੱਜ ਨਾ ਪਹਿਲਾ ਵਲੌਗ ਆ ਤੇ ਚੁੱਪ ਚੁੱਪ ਫਿਰਨ ਡਿਆ ਤੇ ਅਗਲੇ ਵਲੌਗ 'ਚ ਤੁਸੀਂ ਦੇਖਣਾ ਭਾਈ ਹੱਸਦੇ ਖੇਡਦੇ ਤੁਹਾਨੂੰ ਹਲੇ ਨਵੇਂ ਨਵੇਂ ਆਏ ਆ ਨਾ ਇੰਪੋਰਟ ਹੋਏ ਹਲੇ ਸੋ ਇਹ ਬਾਸੀ ਮਸਜਿਦ 1671 ਤੋਂ 1673 ਦੇ ਉਸ ਦੌਰਾਨ ਨੇ ਤਮੀਰ ਹੋਈ ਬੜੀ ਖੂਬਸੂਰਤ ਪਿਆਰੀ ਮੰਜ਼ਿਲ ਬਿਲਡ ਹੈਗੀ ਹੈ ਜਗ੍ਹਾ ਹਿਸਟੋਰੀਕਲ ਤੁਸੀਂ ਇਹਦਾ ਬਰਡ ਵਿਊ ਵੇਖੋ ਉੱਤੋਂ ਵੇਖੋ ਬਿਲਕੁਲ ਨਾਲ ਉਹ ਸਾਹਮਣੇ ਗੁਰਦੁਆਰਾ ਡੇਰਾ ਸਾਹਿਬ ਬਿਲਕੁਲ ਦੂਜੀ ਸਾਈਡ 'ਤੇ ਸ਼ਾਹੀ ਕਿਲ੍ਹਾ ਸ਼ਾਹੀ ਫੋਰਟ ਇਹਦੇ ਨਾਲ ਨਾਲ ਇੱਧਰ ਸਾਈਡ 'ਤੇ ਫੂਡ ਸਟਰੀਟ ਆ ਖੁਸ਼ੀ ਵਾਲੀ ਮਾਰਕੀਟ ਮਤਲਬ ਇਹ ਸਰਾਊਂਡਿੰਗ ਇਹਦੇ ਵਿੱਚ ਵੀ ਬਹੁਤ ਕੁਛ ਹੈ ਵੇਖਣ ਵਾਲਾ ਅਗਲੇ ਵਲੌਗ 'ਚ ਤੁਹਾਡੇ ਰੂਬਰੂ ਕਰਾਂਗੇ ਅੱਜ ਦੇ ਵਲੌਗ ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਏਗਾ ਵਧੀਆ ਲੱਗਾ ਅਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਵਧੀਆ ਵਧੀਆ ਵਲੌਗ ਤੁਹਾਡੇ ਰੂਬਰੂ ਕਰਦੇ ਰਹਾਂਗੇ ਅਗਲੇ ਵਲੌਗ ਤੱਕ ਵੀ ਦੋ ਜਲਦ ਮਿਲਦੇ ਹਾਂ ਫਿਰ ਰੱਬ ਰਾਖਾ